ਅੱਜ ਆਪਾਂ ਡਿਸਕਸ ਕਰਾਂਗੇ ਮਿੱਟੀ ਦੇ ਘੜੇ ਦੇ ਉੱਤੇ ਕਿ ਆਪਾਂ ਨੂੰ ਕਿਹੜੇ ਘੜੇ ਦਾ ਪਾਣੀ ਪੀਣਾ ਚਾਹੀਦਾ ਵਾ, ਫ੍ਰਿਜ ਦਾ ਪਾਣੀ ਆਪਾਂ ਨੂੰ ਕੀ ਨੁਕਸਾਨ ਕਰਦਾ ਵਾ, ਫਿਲਟਰ ਪਾਣੀ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ, ਕਿਹੜਾ ਘੜਾ ਆਪਾਂ ਨੂੰ ਵਰਤਣਾ ਚਾਹੀਦਾ, ਕਿਹੜੇ ਮਹੀਨੇ ਦੇ ਵਿੱਚ ਘੜੇ ਦੇ ਵਿੱਚ ਕੀ ਪਾ ਕੇ ਪਾਣੀ ਪੀਣਾ ਚਾਹੀਦਾ ਜਿਹੜੇ ਕਿ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਉਸ ਚੀਜ਼ ਦੇ ਫਾਇਦੇ ਮਿਲਣ, ਕਿ ਤੁਹਾਨੂੰ ਕੋਈ ਵੀ ਹੋਰ ਭਾਂਡਾ ਵਰਤਣ ਦੀ ਲੋੜ ਨਹੀਂ ਆ, ਕਾਪਰ ਦਾ ਹੋਵੇ ਚਾਹੇ ਚਾਂਦੀ ਦਾ, ਸੋਨੇ ਦਾ, ਕੋਈ ਵੀ ਭਾਂਡਾ ਤੁਹਾਨੂੰ ਵਰਤਣ ਦੀ ਲੋੜ ਨਹੀਂ ਆ, ਇਹ ਘੜਾ ਹੀ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਤੱਤ ਦੇ ਸਕਦਾ। ਕਮੈਂਟ ਆਉਂਦੇ ਸੀਗੇ ਕਿ ਮੈਮ ਸਾਡਾ ਜਿਹੜਾ ਵਾ ਪਾਣੀ ਉਹ ਸਮੈਲ ਮਾਰ ਜਾਂਦਾ ਵਾ, ਫਿਲਟਰ ਨੇ ਸਾਰੇ ਤੱਤ ਪਾਣੀ ਦੇ ਕੱਢੇ ਹੁੰਦੇ ਆ, ਜਦੋਂ ਪੂਰੀ ਨਾਈਟ ਅਲਕਾਲਾਈਨ ਪਾਣੀ ਹੁੰਦਾ ਰਹਿਣਾ ਘੜੇ ਦੇ ਵਿੱਚ ਤੇ ਉਹਦੇ ਵਿੱਚ ਸਾਰੇ ਤੱਤ ਉਹ ਆਪਣੇ ਆਪ ਹੀ ਜਿਹੜੇ ਫਿਰ ਪੈਦਾ ਹੋ ਜਾਂਦੇ ਜਿਹੜੇ ਆਪਣੇ ਸਰੀਰ ਨੂੰ ਚਾਹੀਦੇ ਆ। ਉਹ ਇਹ ਹੈ ਜੀ ਵੀ ਕਿਹੜੇ ਮਹੀਨੇ ਦੇ ਵਿੱਚ ਘੜੇ ਦਾ ਪਾਣੀ ਆਪਾਂ ਨੂੰ ਪੀਣਾ ਚਾਹੀਦਾ, ਇਸ ਚੀਜ਼ ਤੇ ਬਹੁਤ ਵਿਵਾਦ ਉੱਠ ਰਿਹਾ। ਕੋਈ ਕਹਿ ਰਿਹਾ ਜੀ ਇਹਨਾਂ ਮਹੀਨਿਆਂ ਦੇ ਵਿੱਚ ਸਿਰਫ ਘੜੇ ਦਾ ਪਾਣੀ ਪੀਓ, ਸਾਉਣ ਦੀ ਪਹਿਲੀ ਬਰਸਾਤ ਜਦੋਂ ਆਪਣੀਆਂ ਬਰਸਾਤਾਂ ਸਟਾਰਟ ਹੁੰਦੀਆਂ ਉਦੋਂ ਤੱਕ ਤੁਸੀਂ ਘੜੇ ਦੇ ਵਿੱਚ ਪਾਣੀ ਜਿਹੜਾ ਪਾਉਣਾ ਵਾ ਤੇ ਉਹਦੇ ਨਾਲ ਕਿਹੜੀ ਚੀਜ਼ ਪਾਉਣੀ ਆ, ਉਹ ਹੈਗਾ ਜੀ ਇਹ ਛੋਟਾ ਜਿਹਾ ਟੁਕੜਾ। ਕਿਉਂਕਿ ਪਤਾ ਕਿਉਂ ਆਪਾਂ ਇਹ ਬਿਮਾਰ ਹੁੰਦੇ ਆ, ਜਿਵੇਂ ਆਈਸਕ੍ਰੀਮ ਬੱਚੇ ਖਾਂਦੇ ਆ ਉਹ ਖਾਂਦੇ ਆ ਠੰਡਕ ਵਾਸਤੇ, ਪਰ ਆਈਸਕ੍ਰੀਮ ਦੀ ਜਿਹੜੀ ਤਾਸੀਰ ਆ ਉਹ ਹੁੰਦੀ ਆ ਗਰਮ। ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਹੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਦੇ। ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਜਿਹੜੀ ਉਹ ਆਪਣੀ ਮਿੱਟੀ ਦੇ ਬਰਤਨਾਂ ਤੇ ਹੋਊਗੀ, ਜਿਵੇਂ ਤੁਹਾਨੂੰ ਪਤਾ ਗਰਮੀਆਂ ਆ ਚੁੱਕੀਆਂ ਨੇ ਤੇ ਹੁਣ ਤਕਰੀਬਨ ਸਾਰੇ ਲੋਕਾਂ ਦਾ ਧਿਆਨ ਖਿੱਚ ਹੋਊਗਾ ਫਰਿੱਜ ਵੱਲ ਨੂੰ। ਫਰਿੱਜ ਦੇ ਵਿੱਚ ਪਾਣੀ ਦੀਆਂ ਬੋਤਲਾਂ ਲਾਉਣੀਆਂ ਜੀ, ਫਰਿੱਜ ਦੇ ਵਿੱਚ ਆਪਾਂ ਬਰਫ਼ ਲਾਉਣੀ ਆ, ਉਸ ਚੀਜ਼ ਤੋਂ ਥੋੜਾ ਜਿਹਾ ਬਚੋ, ਕਿਉਂਕਿ ਆਪਾਂ ਨੂੰ ਇਹ ਜਿਹੜਾ ਠੰਡਾ ਪਾਣੀ ਆ, ਖਾਸ ਕਰਕੇ ਫਰਿੱਜ ਦਾ ਪਾਣੀ ਜਿਹੜਾ ਵਾ ਉਹ ਬਹੁਤ ਨੁਕਸਾਨ ਕਰਦਾ। ਤੇ ਅੱਜ ਆਪਾਂ ਜਿਹੜੀ ਲੈ ਕੇ ਆਏ ਸਾਰੀ ਵੀਡੀਓ ਇਸ ਘੜੇ ਦੇ ਉੱਤੇ, ਇਹ ਮਿੱਟੀ ਦਾ ਘੜਾ, ਤੇ ਨਾਲ ਆਪਾਂ ਇਹ ਵੀ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਘੜੇ ਨੂੰ ਆਪਾਂ ਪਹਿਲੀ ਵਾਰ ਕਿਵੇਂ ਤਿਆਰ ਕਰਨਾ ਵਾ ਤੇ ਕਿੰਨੀ ਦੇਰ ਇਹਦੇ ਵਿੱਚ ਰੱਖਿਆ ਹੋਇਆ ਪਾਣੀ ਅਲਕਾਲਾਈਨ ਹੋ ਜਾਂਦਾ ਉਹਨੂੰ ਆਪਾਂ ਕਦੋਂ ਇਸਤੇਮਾਲ ਕਰ ਸਕਦੇ ਹਾਂ, ਸਾਰੀ ਆਪਾਂ ਡਿਸਕਸ ਅੱਜ ਵਾਲੀ ਵੀਡੀਓ 'ਚ ਕਰਾਂਗੇ। ਤੇ ਅੱਜ ਆਪਾਂ ਡਿਸਕਸ ਕਰਾਂਗੇ ਮਿੱਟੀ ਦੇ ਘੜੇ ਦੇ ਉੱਤੇ ਕਿ ਆਪਾਂ ਨੂੰ ਕਿਹੜੇ ਘੜੇ ਦਾ ਪਾਣੀ ਪੀਣਾ ਚਾਹੀਦਾ ਵਾ, ਫ੍ਰਿਜ ਦਾ ਪਾਣੀ ਆਪਾਂ ਨੂੰ ਕੀ ਨੁਕਸਾਨ ਕਰਦਾ ਵਾ, ਫਿਲਟਰ ਪਾਣੀ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ, ਕਿਹੜਾ ਘੜਾ ਆਪਾਂ ਨੂੰ ਵਰਤਣਾ ਚਾਹੀਦਾ, ਕਿਹੜੇ ਮਹੀਨੇ ਦੇ ਵਿੱਚ ਘੜੇ ਦੇ ਵਿੱਚ ਕੀ ਪਾ ਕੇ ਪਾਣੀ ਪੀਣਾ ਚਾਹੀਦਾ ਜਿਹੜੇ ਕਿ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਉਸ ਚੀਜ਼ ਦੇ ਫਾਇਦੇ ਮਿਲਣ। ਕਿਉਂਕਿ ਪੁਰਾਣੇ ਲੋਕ ਕੀ ਕਰਦੇ ਹੁੰਦੇ ਸੀ, ਘੜਿਆਂ ਦੇ ਵਿੱਚ, ਮਟਕਿਆਂ ਦੇ ਵਿੱਚ ਪਾਣੀ ਰੱਖਦੇ ਸੀ, ਤੇ ਕਈ ਬਜ਼ੁਰਗ ਦੇਖੋ ਅਜੇ ਵੀ ਤੁਸੀਂ ਉਹਨਾਂ ਨੂੰ ਫ੍ਰਿਜ ਦਾ ਠੰਡਾ ਪਾਣੀ ਦਿਓ ਨਹੀਂ ਪੀਂਦੇ, 100 ਸਾਲ ਦੇ ਹੋ ਜਾਣਗੇ, ਉਹਨਾਂ ਨੂੰ ਕੋਈ ਵੀ ਇਹੋ ਜਿਹੀ ਵੱਡੀ ਪ੍ਰੋਬਲਮ ਨਹੀਂ ਲੱਗੀ ਹੁੰਦੀ ਸਰੀਰ ਨੂੰ। ਇਹੋ ਜਿਹੇ ਬਜ਼ੁਰਗਾਂ ਨਾਲ ਆਪਾਂ ਥੋੜੇ ਦਿਨਾਂ ਤੱਕ ਮਿਲਾਂਗੇ ਵੀ, ਆਪਾਂ ਵੀਡੀਓ ਵੀ ਬਣਾਵਾਂਗੇ, ਸਾਡੇ ਕੋਲ ਹੀ ਨੇ ਇੱਥੇ ਸਰਦਾਰ ਗੁਰਜੀਤ ਸਿੰਘ ਜੀ, ਤੇ ਉਹਨਾਂ ਦੇ ਕੋਲ ਆਪਾਂ ਜਾਵਾਂਗੇ, 85 ਸਾਲ ਦੀ ਉਹਨਾਂ ਦੀ ਉਮਰ ਆ, ਤੇ ਉਹ ਕੀ ਖਾਂਦੇ ਪੀਂਦੇ ਨੇ ਉਹ ਵੀ ਆਪਾਂ ਸਾਰਾ ਤੁਹਾਨੂੰ ਡਿਟੇਲ 'ਚ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਨੂੰ ਕਿਹੜਾ ਘੜਾ ਵਰਤਣਾ ਚਾਹੀਦਾ। ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਦੋਂ ਆਪਾਂ ਘੜਿਆਂ ਵਾਲੀ ਦੁਕਾਨ ਤੇ ਜਾਂਦੇ ਹਾਂ ਨਾ, ਉੱਥੇ ਆਪਾਂ ਬੜੇ ਰੰਗ ਬਿਰੰਗੇ ਬੜੇ ਸੋਹਣੇ ਸੋਹਣੇ ਵੇਖਦੇ ਹਾਂ ਵੀ ਉੱਥੇ ਬੜੇ ਸੋਹਣੇ ਮਟਕੇ ਪਏ ਆ, ਟੂਟੀਆਂ ਲੱਗੀਆਂ ਹੋਈਆਂ ਨੇ, ਆਪਾਂ ਉਹਨਾਂ ਨੂੰ ਜ਼ਿਆਦਾ ਅਟਰੈਕਟਿਵ ਉੱਧਰ ਹੋ ਕੇ ਤੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਰਸੋਈ 'ਚ ਪਿਆ ਸੋਹਣਾ ਲੱਗੂਗਾ। ਸੋਹਣਾ ਨਾ ਵੇਖਿਆ ਕਰੋ, ਇਹ ਦੇਖਿਆ ਕਰੋ ਕਿ ਇਹਦੇ ਫਾਇਦੇ ਹੈਗੇ, ਸਾਨੂੰ ਲਾਭ ਹੈਗੇ ਨੇ। ਸਿੰਪਲ ਜਿਹੜਾ ਤੁਸੀਂ ਆਮ ਘੁਮਿਆਰ ਨੇ ਮਿੱਟੀ ਦਾ ਘੜਾ ਬਣਾਇਆ ਹੁੰਦਾ, ਤੁਸੀਂ ਉਹ ਲਿਆਓਗੇ ਤਾਂ ਉਹਦੇ ਸਭ ਤੋਂ ਵੱਧ ਫਾਇਦੇ ਹੁੰਦੇ ਨੇ, ਬਹੁਤ ਹੀ ਵਧੀਆ ਉਹ ਘੜਾ ਗਿਣਿਆ ਜਾਂਦਾ ਜਿਹੜਾ ਕਿ ਇੱਕ ਆਮ ਘੁਮਿਆਰ ਮਿੱਟੀ ਨੂੰ ਚੰਗੀ ਤਰ੍ਹਾਂ ਗੋ ਗੋ ਕੇ ਹੱਥਾਂ ਦੇ ਨਾਲ ਫਿਰ ਚੱਕ ਦੇ ਉੱਤੇ ਤਿਆਰ ਕਰਦਾ ਹੈ, ਉਸ ਘੜੇ ਦਾ ਜਿਹੜਾ ਪਾਣੀ ਆ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਆਪਣੇ ਸਰੀਰ ਨੂੰ। ਤੇ ਦੂਜੇ ਨੰਬਰ ਤੇ ਆ ਜਾਂਦੀ ਹੈ ਵੀ ਮਿੱਟੀ ਵੀ ਵੇਖਣੀ ਪੈਣੀ ਆ, ਵੀ ਇਹ ਨਹੀਂ ਵੀ ਤੁਸੀਂ ਵੇਖੋ ਵੀ ਅਸੀਂ ਘੁਮਿਆਰ ਤੋਂ ਘੜਾ ਲੈ ਕੇ ਆਏ ਹਾਂ, ਉਹਦੇ ਵਾਸਤੇ ਮਿੱਟੀ ਵੀ ਜਿਹੜੀ ਪੁਰਾਣੇ ਪਹਿਲਾਂ ਜਿਹੜੇ ਘੁਮਿਆਰ ਹੁੰਦੇ ਸੀ ਉਹ ਜਿਹੜੇ ਟੋਬੇ ਬਣੇ ਹੁੰਦੇ ਸੀ ਆਪਣੇ, ਜਿਨ੍ਹਾਂ ਨੂੰ ਆਮ ਆਪਾਂ ਭਾਸ਼ਾ ਛੱਪੜ ਕਹਿ ਦਿੰਦੇ ਹਾਂ, ਉਹਨਾਂ ਦੀ ਮਿੱਟੀ ਲਿਆਉਂਦੇ ਸੀ, ਚੀਕਣੀ ਮਿੱਟੀ ਹੁੰਦੀ ਸੀ, ਫਿਰ ਉਹਦੇ ਵਿੱਚ ਹੋਰ ਉਹ ਕਿਹੜੀ ਮਿੱਟੀ ਰਲਾਉਂਦੇ ਆ ਉਹ ਆਪਣੀ ਨੌਲੇਜ ਦੇ ਨਾਲ ਰਲਾ ਕੇ ਉਹਨੂੰ ਕਿੰਨਾ ਚਿਰ ਉਹ ਭਿਉਂ ਕੇ ਰੱਖਦੇ ਨੇ,
ਉਹ ਕਿੰਨਾ ਚਿਰ ਉਹਨੂੰ ਮੁੜ ਕੇ ਉਹਨਾਂ ਨੇ ਗੋਣਾ ਵਾ, ਫਿਰ ਉਹ ਮਿੱਟੀ ਜਿਹੜੀ ਆ ਭਾਂਡੇ ਵਾਸਤੇ ਅਸਲ ਤਿਆਰ ਹੁੰਦੀ ਆ। ਅੱਜ ਕੱਲ੍ਹ ਸਾਰਾ ਮਸ਼ੀਨੀ ਯੁੱਗ ਚੱਲ ਗਿਆ ਵਾ, ਇਹ ਭਾਂਡੇ ਵੀ ਜਿਹੜੇ ਆ ਮਸ਼ੀਨੀ ਬਣਨੇ ਸ਼ੁਰੂ ਹੋ ਚੁੱਕੇ ਆ। ਮਿੱਟੀ ਦੇ ਵੀ ਤੁਸੀਂ ਵੇਖ ਸਕਦੇ ਹੋ ਮੋਟਰਾਂ ਦੇ ਉੱਤੇ ਚੱਕ ਲੱਗੇ। ਅੱਗੇ ਬੜੇ ਸਾਡੇ ਗਵਾਂਢੀ ਸੀਗੇ, ਮੈਂ ਤਾਂ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੀ ਵੀ ਬੜੀ ਉਹ ਮਿਹਨਤ ਕਰਦੇ ਸੀ। ਉਹਨਾਂ ਨੇ ਪਹਿਲਾਂ ਮਿੱਟੀ ਲੈ ਕੇ ਆਉਣੀ ਸਾਈਕਲ ਦੇ ਉੱਤੇ, ਫਿਰ ਉਹਨੂੰ ਕੁੱਟਣਾ ਮਿੱਟੀ ਨੂੰ, ਫਿਰ ਉਹਨੂੰ ਭਿਉਣਾ, ਫਿਰ ਉਹਨੂੰ ਦੇਖਣਾ ਵੀ ਅੱਜ ਮਿੱਟੀ ਤਿਆਰ ਹੋ ਚੁੱਕੀ ਆ, ਫਿਰ ਉਹਨੂੰ ਗੋਣਾ, ਫਿਰ ਹੱਥਾਂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਮਿੱਟੀ ਨੂੰ ਤਿਆਰ ਕਰਨਾ। ਉਸ ਤੋਂ ਬਾਅਦ ਉਹਨਾਂ ਨੇ ਫਿਰ ਚੱਕ ਦੇ ਉੱਤੇ ਉਹ ਭਾਂਡਾ ਤਿਆਰ ਕਰਦੇ ਸੀਗੇ, ਤੇ ਉਹ ਭਾਂਡਾ ਹੁੰਦਾ ਜੀ ਸਭ ਤੋਂ ਵਧੀਆ ਲਾਭਦਾਇਕ। ਤੇ ਖਾਸ ਕਰਕੇ ਆਪਾਂ ਤੁਹਾਨੂੰ ਘੜੇ ਦੀ ਪਛਾਣ ਕਰਾ ਦਿੰਦੇ ਹਾਂ। ਦੇਖੋ ਜੀ, ਇਹ ਸਿੰਪਲ ਘੜਾ ਹੁੰਦਾ, ਤੇ ਇਹ ਤੁਸੀਂ ਚੈੱਕ ਕਰਕੇ ਲਿਆਉਣਾ ਵਿੱਚੋਂ ਵੀ ਬਿਲਕੁਲ ਸਾਫ਼ ਹੋਵੇ, ਤੇ ਇਹਨੂੰ ਐਂ ਖੜਕਾ ਕੇ ਤੁਹਾਨੂੰ ਆਪ ਹੀ ਉਹਨਾਂ ਨੇ ਦੱਸ ਦੇਣਾ, ਤੁਸੀਂ ਆਵਾਜ਼ ਦੇਖ ਸਕਦੇ ਹੋ ਵੀ, ਸੁਣ ਸਕਦੇ ਹੋ ਵੀ ਆਵਾਜ਼ ਇਹਦੀ ਪੂਰੀ ਪੱਕੇ ਦੀ ਆ ਰਹੀ ਹੈ। ਵਿੱਚੋਂ ਚੰਗੀ ਤਰ੍ਹਾਂ ਸਾਫ਼ ਹੋਇਆ ਹੋਣਾ ਚਾਹੀਦਾ, ਖਾਸ ਕਰਕੇ ਸਿੰਪਲ ਕੜਾ ਹੋਣਾ ਚਾਹੀਦਾ, ਉਹ ਤੁਸੀਂ ਲੈ ਕੇ ਆਓ। ਉਹਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ, ਪਹਿਲਾਂ ਵੀ ਆਪਾਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈਆਂ ਨੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਘੜੇ ਨੂੰ ਪਹਿਲੀ ਵਾਰ ਕਿਵੇਂ ਪਾਣੀ ਵਾਸਤੇ ਲਾਉਣਾ, ਤੇ ਤੁਸੀਂ ਉਹ ਮੇਰੀ ਫੁੱਲ ਵੀਡੀਓ ਜਾ ਕੇ ਵੇਖ ਸਕਦੇ ਹੋ। ਬਾਕੀ ਮਿੱਟੀ ਦੇ ਘੜੇ ਦੀ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ, ਤੁਸੀਂ ਦੂਜੇ ਤੀਜੇ ਦਿਨ ਇਹਨੂੰ ਧੁੱਪ ਜ਼ਰੂਰ ਲਵਾਇਆ ਕਰੋ। ਕਈ ਭੈਣਾਂ ਦੇ ਬੜੇ ਪਹਿਲਾਂ ਵੀ ਮੈਨੂੰ ਕਮੈਂਟ ਆਉਂਦੇ ਸੀਗੇ ਕਿ ਮੈਮ ਸਾਡਾ ਜਿਹੜਾ ਵਾ ਪਾਣੀ ਆ ਉਹ ਸਮੈਲ ਮਾਰ ਜਾਂਦਾ ਵਾ, ਕਈ ਕਈ ਜਗ੍ਹਾ ਦਾ ਜਿਹੜਾ ਪਾਣੀ ਆ ਉਹ ਸਾਫ਼ ਨਹੀਂ ਹੁੰਦਾ, ਜਲਦੀ ਸਮੈਲ ਮਾਰ ਜਾਂਦਾ, ਤੇ ਤੁਸੀਂ ਜਲਦੀ ਪਾਣੀ ਨੂੰ ਚੇਂਜ ਕਰ ਲਿਆ ਕਰੋ ਘੜੇ ਨੂੰ ਦੂਸਰੇ ਦਿਨ, ਨਹੀਂ ਤੇ ਚਾਹੇ ਰੋਜ਼ ਦੀ ਰੋਜ਼ ਤੁਸੀਂ ਇੱਕ ਵਾਰੀ ਧੁੱਪ ਲਵਾ ਲਿਆ ਕਰੋ, ਕਿਉਂਕਿ ਜਦੋਂ ਪੂਰੀ ਰਾਤ ਪਾਣੀ ਹਲਕਾ ਲੈਣ ਰਹਿੰਦਾ ਨਾ ਇਹਦੇ ਵਿੱਚ, ਤੁਸੀਂ ਉਹਨੂੰ ਪਾਣੀ ਨੂੰ ਕੱਢ ਕੇ ਦੂਜੇ ਬਰਤਨ 'ਚ ਰੱਖ ਸਕਦੇ ਹੋ, ਤੇ ਇਹਨੂੰ ਧੁੱਪ ਲਵਾ ਸਕਦੇ ਹੋ, ਰਾਤ ਨੂੰ ਫਿਰ ਭਰ ਕੇ ਰੱਖ ਸਕਦੇ ਹੋ, ਨਹੀਂ ਤੇ ਤੁਸੀਂ ਦੋ ਘੜੇ ਜਿਹੜੇ ਆ ਉਹ ਇਸਤੇਮਾਲ ਕਰ ਸਕਦੇ ਹੋ, ਇੱਕ 'ਚ ਪਾਣੀ ਹਲਕਾ ਲੈਣ ਹੋ ਗਿਆ, ਦੂਸਰੇ 'ਚ ਤੁਸੀਂ ਫਿਰ ਭਰ ਕੇ ਰੱਖ ਸਕਦੇ ਹੋ। ਤੇ ਫਿਰ ਇਹਦੀ ਸਫਾਈ ਜਿਹੜੀ ਹੈ ਜਿਵੇਂ ਤੁਹਾਨੂੰ ਆਪਾਂ ਦੱਸਿਆ ਵੀ ਬਹੁਤ ਜ਼ਰੂਰੀ ਹੁੰਦੀ ਆ, ਉਹ ਤੁਸੀਂ ਰੈਗੂਲਰ ਇਹਦੀ ਸਫਾਈ ਕਰਦੇ ਰਿਹਾ ਕਰੋ। ਕਦੀ ਵੀ ਘੜੇ ਦਾ ਪਾਣੀ ਤੁਹਾਡੇ ਸਰੀਰ ਵਾਸਤੇ ਨੁਕਸਾਨਦਾਇਕ ਨਹੀਂ ਹੁੰਦਾ। ਅੱਗੇ ਆਪਾਂ ਗੱਲ ਕਰਦੇ ਹਾਂ ਵੀ ਕਈ ਲੋਕ ਕਹਿੰਦੇ ਕਿ ਮੈਮ ਸਾਡਾ ਪਾਣੀ ਬਹੁਤ ਖਰਾਬ ਆ, ਸਾਨੂੰ ਫਿਲਟਰ ਦੀ ਲੋੜ ਪੈਂਦੀ ਆ, ਵੀ ਤੁਸੀਂ ਕਹਿੰਦੇ ਹੋ ਵੀ ਫਿਲਟਰ ਵਾਲਾ ਪਾਣੀ ਪੀਣਾ ਨਹੀਂ ਚਾਹੀਦਾ। ਇਹ ਮੈਂ ਨਹੀਂ ਕਹਿ ਰਹੀ, ਅੱਜ ਕੱਲ੍ਹ ਸਾਰੀ ਸਾਇੰਸ ਦੇ ਵੀ ਤੱਤ ਕੱਢੇ ਹੋਏ ਆ, ਹਰ ਦੂਸਰੇ ਬੰਦੇ ਨੂੰ ਪਤਾ ਹੈ ਕਿ ਜਿਹੜਾ ਵਾ ਫਿਲਟਰ ਕੀਤਾ ਪਾਣੀ ਆ ਉਹ ਆਪਣੇ ਸਰੀਰ ਵਾਸਤੇ ਬਹੁਤ ਨੁਕਸਾਨਦਾਇਕ ਹੁੰਦਾ, ਤੇ ਜੇ ਤੁਹਾਡਾ ਪਾਣੀ ਸਾਫ਼ ਨਹੀਂ ਹੈ ਤੇ ਤੁਸੀਂ ਉਹਨੂੰ ਫਿਲਟਰ ਜ਼ਰੂਰ ਲਵਾਓ। ਫਿਲਟਰ ਕੀਤਾ ਪਾਣੀ ਫਿਰ ਤੁਸੀਂ ਘੜੇ ਦੇ ਵਿੱਚ ਪਾਓ, ਘੜੇ ਦੇ ਵਿੱਚ ਪਾ ਕੇ ਪੂਰੀ ਨਾਈਟ ਇਹਨੂੰ ਅਲਕਾਲਾਈਨ ਹੋਣ ਵਾਸਤੇ ਰਹਿਣ ਦਿਓ, ਤੇ ਨੈਕਸਟ ਡੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ। ਫਿਲਟਰ ਨੇ ਸਾਰੇ ਤੱਤ ਪਾਣੀ ਦੇ ਕੱਢੇ ਹੁੰਦੇ ਆ, ਜਦੋਂ ਪੂਰੀ ਨਾਈਟ ਅਲਕਾਲਾਈਨ ਪਾਣੀ ਹੁੰਦਾ ਰਹਿਣਾ ਘੜੇ ਦੇ ਵਿੱਚ, ਤੇ ਉਹਦੇ ਵਿੱਚ ਸਾਰੇ ਤੱਤ ਉਹ ਆਪਣੇ ਆਪ ਹੀ ਜਿਹੜੇ ਫਿਰ ਪੈਦਾ ਹੋ ਜਾਂਦੇ, ਜਿਹੜੇ ਆਪਣੇ ਸਰੀਰ ਨੂੰ ਚਾਹੀਦੇ ਆ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਦੱਸਿਆ ਸੀਗਾ ਘੜੇ ਦੇ ਪਾਣੀ ਦਾ ਵੀ, ਆਪਾਂ TTS ਚੈੱਕ ਕਰਾ ਕੇ ਦੱਸਿਆ ਸੀ, ਨਲਕੇ ਦੇ ਪਾਣੀ ਦਾ ਵੀ, ਬਾਕੀ ਜਿਹੜਾ ਫਿਲਟਰ ਦੇ ਪਾਣੀ ਦਾ ਵੀ, ਸਾਰਾ ਪਾਣੀ ਜਿਹੜਾ ਆਪਾਂ ਚੈੱਕ ਕਰਕੇ ਦਿਖਾਇਆ ਸੀਗਾ। ਤੇ ਜੇ ਕਿਸੇ ਨੇ ਉਹ ਵੀ ਨਹੀਂ ਵੀਡੀਓ ਵੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੀਡੀਓ ਵੇਖ ਸਕਦੇ ਹੋ। ਵੈਸੇ ਇਹਨਾਂ ਸਾਰੀਆਂ ਵੀਡੀਓ ਦੀ ਲਿਸਟ ਜਿਹੜੀ ਆਪਾਂ ਐਂਡ ਸਕਰੀਨ ਤੇ ਲਗਾ ਦਾਂਗੇ, ਤੁਸੀਂ ਜਾ ਕੇ ਉਹ ਸਾਰੀਆਂ ਵੀਡੀਓ ਵੇਖ ਸਕਦੇ ਹੋ। ਅੱਗੇ ਆਪਾਂ ਜਿਹੜੀ ਗੱਲ ਕਰਨ ਲੱਗੇ ਹਾਂ ਜਿਹੜੀ ਸਭ ਤੋਂ ਜ਼ਰੂਰੀ ਹੈ ਇਸ ਵੀਡੀਓ ਦੇ ਵਾਸਤੇ, ਉਹ ਇਹ ਹੈ ਜੀ ਵੀ ਕਿਹੜੇ ਮਹੀਨੇ ਦੇ ਵਿੱਚ ਘੜੇ ਦਾ ਪਾਣੀ ਆਪਾਂ ਨੂੰ ਪੀਣਾ ਚਾਹੀਦਾ। ਇਸ ਚੀਜ਼ ਤੇ ਬਹੁਤ ਵਿਵਾਦ ਉੱਠ ਰਿਹਾ, ਕੋਈ ਕਹਿ ਰਿਹਾ ਜੀ ਇਨ੍ਹਾਂ ਮਹੀਨਿਆਂ ਦੇ ਵਿੱਚ ਸਿਰਫ ਘੜੇ ਦਾ ਪਾਣੀ ਪੀਓ, ਮੁੜ ਕੇ ਨਾ ਤੁਸੀਂ ਘੜੇ ਦਾ ਪਾਣੀ ਪੀਓ ਜੀ, ਪਾਣੀ ਪੂਰਾ ਸਾਲ ਹੀ ਤੁਸੀਂ ਘੜੇ ਦਾ ਪੀ ਸਕਦੇ ਹੋ। ਕਿਸ ਤਰ੍ਹਾਂ ਪੀ ਸਕਦੇ ਆ ਉਹ ਸਾਰਾ ਆਪਾਂ ਤੁਹਾਨੂੰ ਅੱਜ ਦੱਸਦੇ ਆ ਕਿ ਤੁਹਾਨੂੰ ਕੋਈ ਵੀ ਹੋਰ ਭਾਂਡਾ ਵਰਤਣ ਦੀ ਲੋੜ ਨਹੀਂ ਆ, ਕਾਪਰ ਦਾ ਹੋਵੇ ਜਾਂ ਚਾਂਦੀ ਦਾ, ਸੋਨੇ ਦਾ, ਕੋਈ ਵੀ ਭਾਂਡਾ ਤੁਹਾਨੂੰ ਵਰਤਣ ਦੀ ਲੋੜ ਨਹੀਂ ਆ। ਇਹ ਘੜਾ ਹੀ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਤੱਤ ਦੇ ਸਕਦਾ। ਉਹ ਕਿਸ ਤਰ੍ਹਾਂ ਦੇ ਸਕਦਾ ਜੀ, ਜਦੋਂ ਇਹ ਗਰਮੀਆਂ ਸਟਾਰਟ ਹੁੰਦੀਆਂ, ਯਾਨੀ ਕਿ ਜਦੋਂ ਹੋਲੀਆਂ ਦਾ ਜਿਹੜਾ ਅਗਲਾ ਦਿਨ ਹੁੰਦਾ ਵਾ ਉਸ ਦਿਨ ਤੋਂ ਲੈ ਕੇ ਤੇ ਸੌਣ ਦੀ ਪਹਿਲੀ ਬਰਸਾਤ, ਜਦੋਂ ਆਪਣੀਆਂ ਬਰਸਾਤਾਂ ਸਟਾਰਟ ਹੁੰਦੀਆਂ ਉਦੋਂ ਤੱਕ ਤੁਸੀਂ ਘੜੇ ਦੇ ਵਿੱਚ ਪਾਣੀ ਜਿਹੜਾ ਪਾਉਣਾ ਵਾ, ਤੇ ਉਹਦੇ ਨਾਲ ਕਿਹੜੀ ਚੀਜ਼ ਪਾਉਣੀ ਆ, ਉਹ ਹੈਗਾ ਜੀ ਇਹ ਛੋਟਾ ਜਿਹਾ ਟੁਕੜਾ, ਇਹ ਛੋਟਾ ਜਿਹਾ ਜਿਹੜਾ ਟੁਕੜਾ ਇਹ ਹੈਗਾ ਜੀ ਚਾਂਦੀ ਦਾ ਟੁਕੜਾ। ਕਿਉਂਕਿ ਹੁਣ ਦੇਖੋ ਜੇ ਆਪਾਂ ਕਹਿੰਦੇ ਵੀ ਚਾਂਦੀ ਦੇ ਬਰਤਨ ਦੇ ਵਿੱਚ ਰੱਖ ਕੇ ਪਾਣੀ ਪੀਣਾ ਚਾਹੀਦਾ, ਹੁਣ ਹਰ ਘਰ ਦੇ ਵਿੱਚ ਇਹ ਪੋਸੀਬਲ ਨਹੀਂ ਹੈਗਾ ਕਿ ਆਪਾਂ ਚਾਂਦੀ ਦਾ ਕੋਈ ਮਟਕਾ ਲੈ ਕੇ ਆਈਏ ਜਾਂ ਕੁਛ ਵੀ ਇਹੋ ਜਿਹਾ ਸਮਾਨ ਲੈ ਕੇ ਆਈਏ।
ਤੁਸੀਂ ਇਸਦਾ ਇੱਕ ਛੋਟਾ ਜਿਹਾ ਟੁਕੜਾ ਲਿਆ ਸਕਦੇ ਹੋ, ਚਾਹੇ ਇੱਦਾਂ ਕੋਈ ਮੁੰਦਰੀ ਹੋਵੇ ਤੁਹਾਡੀ ਚਾਂਦੀ ਦੀ, ਕੋਈ ਵੀ ਚੀਜ਼ ਇਹੋ ਜਿਹੀ ਹੋਵੇ ਛੋਟੀ ਜਿਹੀ, ਇਹ 100 ਰੁਪਏ ਦਾ ਜਿਹੜਾ ਆਉਂਦਾ ਵਾ ਇਹ ਵਾਲਾ ਟੁਕੜਾ, ਇਹ ਤੁਸੀਂ ਘੜੇ ਦੇ ਵਿੱਚ ਪਾ ਦੇਣਾ, ਤੇ ਇਹ ਜਿਹੜਾ ਪਾਣੀ ਦੀ ਤਸੀਰ ਨੂੰ ਚੇਂਜ ਕਰ ਦਿੰਦਾ ਵਾ, ਜਿਹੜੀ ਕਿ ਆਪਾਂ ਨੂੰ ਠੰਡਕ ਚਾਹੀਦੀ ਹੁੰਦੀ ਹੈ। ਚਾਂਦੀ ਜਿਹੜੀ ਉਹ ਠੰਡੀ ਹੁੰਦੀ ਹੈ ਤੇ ਘੜੇ ਦਾ ਪਾਣੀ ਵੱਧ ਤੋਂ ਵੱਧ ਠੰਡਾ ਹੁੰਦਾ ਤੇ ਇਹਦੀ ਤਸੀਰ ਵੀ ਠੰਡੀ ਹੁੰਦੀ ਆ। ਇਹ ਪਾਣੀ ਪੀਣਾ ਵਾ ਜੀ ਤੁਸੀਂ ਹੋਲੀ ਤੋਂ ਅਗਲੇ ਦਿਨ ਤੋਂ ਲੈ ਕੇ ਸੌਣ ਦੀ ਪਹਿਲੀ ਬਰਸਾਤ ਤੱਕ। ਉਸ ਤੋਂ ਬਾਅਦ ਆਪਾਂ ਕੀ ਇਹਦੇ ਵਿੱਚ ਹੋਰ ਪਾ ਕੇ ਇਹਦੀ ਤਸੀਰ ਚੇਂਜ ਕਰਕੇ ਪਾਣੀ ਪੀ ਸਕਦੇ ਹਾਂ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ। ਤੇ ਜੇ ਤੁਹਾਨੂੰ ਇਹ ਵੀਡੀਓ ਚਾਹੀਦੀ ਆ ਤੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਮੈਂਟ ਕਰਿਓ ਜੀ, ਫਿਰ ਆਪਾਂ ਉਹ ਵੀਡੀਓ ਜਿਹੜੀ ਜਲਦੀ ਬਣਾ ਕੇ ਤਿਆਰ ਕਰਾਂਗੇ। ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਿਰਫ ਇਹ ਦੱਸਣਾ ਸੀਗਾ ਵੀ ਗਰਮੀਆਂ ਦੇ ਵਿੱਚ ਆਪਾਂ ਘੜੇ ਦੇ ਵਿੱਚ ਕਿਹੜੀ ਚੀਜ਼ ਪਾ ਕੇ ਤੇ ਪਾਣੀ ਪੀ ਸਕਦੇ ਹਾਂ, ਜਿਹਦੇ ਨਾਲ ਤਸੀਰ ਵੀ ਘੜੇ ਦੇ ਪਾਣੀ ਦੀ ਚੇਂਜ ਹੋ ਜਾਏ ਤੇ ਸਾਨੂੰ ਸਾਰੇ ਗੁਣ ਵੀ ਘੜੇ ਦੇ ਪਾਣੀ ਦੇ ਮਿਲਦੇ ਰਹਿਣ। ਤੇ ਇਹ ਖਾਸ ਕਰਕੇ ਧਿਆਨ ਰੱਖੋ ਜੀ, ਫ੍ਰਿਜ ਦਾ ਪਾਣੀ ਨਾ ਤਾਂ ਤੁਸੀਂ ਖੁਦ ਪੀਓ, ਨਾ ਬੱਚਿਆਂ ਨੂੰ ਦਿਓ, ਤੇ ਨਾ ਜਿਹੜੇ ਘਰੇ ਗੈਸਟ ਆ ਰਹੇ ਆ ਉਹਨਾਂ ਨੂੰ ਨਾ ਦਿਓ ਤੁਸੀਂ, ਕਿਉਂਕਿ ਇਹ ਪੂਰੀ ਬਿਮਾਰੀ ਦਾ ਘਰ ਆ ਫ੍ਰਿਜ ਵਾਲਾ ਜਿਹੜਾ ਪਾਣੀ ਆਪਾਂ ਪੀਂਦੇ ਹਾਂ। ਬਾਹਰ ਪੂਰੀ ਤਪਸ਼ ਹੁੰਦੀ ਆ ਤੇ ਬਾਹਰੋਂ ਆਪਾਂ ਜਦੋਂ ਆਉਂਦੇ ਅੰਦਰ ਤੇ ਅੰਦਰ ਆ ਕੇ ਠੰਡਾ ਠੰਡਾ ਪਾਣੀ ਪੀਂਦੇ ਹਾਂ ਤੇ ਉਹਦੇ ਨਾਲ ਹੀ ਆਪਣੇ ਜਿਹੜੀ ਸਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ। ਤੁਸੀਂ ਮਟਕੇ ਦਾ ਪਾਣੀ ਪੀ ਲਓ, ਧੁੱਪੇ ਪੀ ਲਓ, ਛਾਵੇਂ ਪੀ ਲਓ, ਬਾਹਰ ਪੀ ਲਓ, ਅੰਦਰ ਪੀ ਲਓ, ਕਦੇ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ, ਤੁਸੀਂ ਅਜਮਾ ਕੇ ਦੇਖਿਓ। ਜੇ ਤੁਸੀਂ ਇਹ ਫਰਿੱਜਾਂ ਵਗੈਰਾ ਛੱਡ ਦੋਗੇ, ਕੱਲਾ ਤੁਹਾਡੇ ਸਰੀਰ ਨੂੰ ਫਾਇਦਾ ਨਹੀਂ, ਤੁਹਾਡੇ ਪੈਸੇ ਦੀ ਵੀ ਬੱਚਤ ਆ। ਪਹਿਲੀ ਇਹ ਵੀ ਜਦੋਂ ਤੁਸੀਂ ਠੰਡਾ ਪਾਣੀ ਪੀਂਦੇ ਹੋ, ਬੱਚੇ ਬਿਮਾਰ ਹੁੰਦੇ, ਗਲੇ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ, ਖੰਘ ਜ਼ੁਕਾਮ ਹੋ ਜਾਂਦਾ, ਫਿਰ ਉਹਦੇ ਵਾਸਤੇ ਤੁਹਾਨੂੰ ਡਾਕਟਰਾਂ ਦੇ ਕਿੰਨੇ ਖਰਚੇ ਭਰਨੇ ਪੈਣ। ਕਿਉਂਕਿ ਪਤਾ ਕਿਉਂ ਆਪਾਂ ਇਹ ਬਿਮਾਰ ਹੁੰਦੇ ਆ, ਜਿਵੇਂ ਆਈਸਕ੍ਰੀਮ ਬੱਚੇ ਖਾਂਦੇ ਆ, ਉਹ ਖਾਂਦੇ ਆ ਠੰਡਕ ਵਾਸਤੇ, ਪਰ ਆਈਸਕ੍ਰੀਮ ਦੀ ਜਿਹੜੀ ਤਾਸੀਰ ਆ ਉਹ ਹੁੰਦੀ ਆ ਗਰਮ। ਸੋ ਉਸੇ ਤਰ੍ਹਾਂ ਜਿਹੜੀ ਆ ਫਰਿੱਜ ਦੀ ਬਰਫ਼ ਹੁੰਦੀ ਆ, ਫਰਿੱਜ ਦਾ ਪਾਣੀ ਹੁੰਦਾ ਵਾ, ਇਹਦੀ ਤਾਸੀਰ ਜਿਹੜੀ ਗਰਮ ਹੁੰਦੀ ਆ, ਸੋ ਉਹ ਪਾਣੀ ਪੀਣ ਦੇ ਨਾਲ ਆਪਣੇ ਵਾਤ, ਪਿੱਤ, ਕਫ ਤਿੰਨੇ ਹਿਲ ਜਾਂਦੇ ਆ, ਜਿਹਦੇ ਨਾਲ ਪ੍ਰੋਬਲਮ ਆਉਂਦੀ ਆ। ਆਪਣੇ ਸਰੀਰ ਦੇ ਵਿੱਚ 3 ਤੱਤ ਹੁੰਦੇ ਨੇ ਇਹ ਜਿਹੜੇ ਬੈਲੈਂਸ ਰਹਿਣ ਤੇ ਕਦੇ ਵੀ ਜਿਹੜੀ ਬਾਡੀ ਨੂੰ ਤੇ ਸਰੀਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਵਾਤ, ਪਿੱਤ, ਕਫ ਜਿਹਦਾ ਇਸ ਚੀਜ਼ ਦੀ ਨੌਲੇਜ ਰੱਖਦਾ ਵਾ, ਜਿਹਦੇ ਤਿੰਨੋਂ ਠੀਕ ਨੇ ਉਹਦੀ ਪੌਣ 12 ਨੇ ਤੇ ਵਧੀਆ ਤੰਦਰੁਸਤ ਰਹਿੰਦਾ ਵਾ। ਸੋ ਇਸ ਕਰਕੇ ਤੁਸੀਂ ਵੀ ਆਪਣੇ ਸਰੀਰ ਵੱਲ ਥੋੜ੍ਹਾ ਜਿਹਾ ਧਿਆਨ ਦਿਓ, ਕਿਉਂਕਿ ਆਪਾਂ ਆਪਣੇ ਪਹਿਰਾਵੇ ਵੱਲ, ਆਪਣੇ ਘਰ ਵੱਲ, ਆਪਣੀਆਂ ਹੋਰ ਚੀਜ਼ਾਂ ਵਸਤਾਂ ਵੱਲ ਧਿਆਨ ਦਿੰਦੇ ਹਾਂ, ਆਪਣੀ ਬਾਡੀ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ। ਸੋ ਰਿਕੁਐਸਟ ਆ ਜੀ ਸਾਰਿਆਂ ਨੂੰ, ਸੋ ਤੁਸੀਂ ਸਾਰੇ ਵੀ ਐਤਕੀ ਗਰਮੀਆਂ ਪ੍ਰਣ ਕਰੋ ਕਿ ਤੁਸੀਂ ਫਰਿੱਜ ਦਾ ਜਿਹੜਾ ਵਾ ਪਾਣੀ ਇਸ ਵਾਰ ਇਸਤੇਮਾਲ ਨਹੀਂ ਕਰੋਗੇ, ਘੜੇ ਦਾ ਪਾਣੀ ਹੀ ਪੀਵੋਗੇ। ਹੋਰ ਚੀਜ਼ਾਂ ਵਾਸਤੇ ਤੁਸੀਂ ਫਰਿੱਜ ਦਾ ਇਸਤੇਮਾਲ ਕਰ ਸਕਦੇ ਹੋ। ਵੈਸੇ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਘੱਟ ਤੋਂ ਘੱਟ ਹੀ ਜਿਹੜੀ ਫਰਿੱਜ ਦੀ ਇਸਤੇਮਾਲ ਕੀਤਾ ਜਾਵੇ। ਕੋਈ ਵੀ ਚੀਜ਼ ਹੈ ਜਿਹੜੀ ਤੁਸੀਂ ਤਾਜ਼ਾ ਬਣਾਓ, ਫਰਿੱਜ ਵਿੱਚ ਰੱਖੀ ਕੋਈ ਵੀ ਚੀਜ਼ ਜਿਹੜੀ ਹੈ ਉਹ ਖਾਣੀ ਆਪਣੇ ਸਰੀਰ ਵਾਸਤੇ ਫਾਇਦੇਮੰਦ ਨਹੀਂ ਹੈ। ਠੀਕ ਆ, ਮਜਬੂਰੀ ਵਾਸਤੇ ਵਰਤਣੀ ਪੈਂਦੀ ਆ, ਤੇ ਸੋ ਉਹ ਤੁਸੀਂ ਵਰਤੋ, ਪਰ ਪਾਣੀ ਵਾਸਤੇ ਨਾ ਵਰਤੋ। ਤੇ ਤੁਸੀਂ ਇਹ ਸਾਰੇ ਕਰੋਗੇ ਜੇ ਪ੍ਰਣ, ਇੱਕ ਤਾਂ ਜਿਹੜੇ ਘੁਮਿਆਰ ਭਰਾ ਨੇ ਆਪਣੇ ਉਹਨਾਂ ਨੂੰ ਫਾਇਦਾ ਹੋਊਗਾ, ਦੂਜਾ ਆਪਣੀ ਸਿਹਤ ਠੀਕ ਰਹੂਗੀ। ਬਾਕੀ ਇਹਦੇ ਨਾਲ ਨਾਲ ਆਪਾਂ ਇਹ ਤੌੜੀ ਬਾਰੇ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਦੱਸਿਆ ਹੋਇਆ ਵਾ ਵੀ ਇਸ ਤੌੜੀ ਦੀ ਤੁਸੀਂ ਦਾਲ ਧਰੋ, ਚਾਹੇ ਤੁਸੀਂ ਇਹਦੇ ਵਿੱਚ ਸਬਜ਼ੀ ਬਣਾਓ, ਗੈਸ ਤੇ ਵਰਤੋ, ਚੁੱਲ੍ਹੇ ਤੇ ਵਰਤੋ, ਬਹੁਤ ਹੀ ਫਾਇਦੇਮੰਦ ਹੁੰਦੀ ਆ। ਇਹ ਕਿੱਥੋਂ ਕਿੱਥੋਂ ਮਿਲਦੀ ਹੈ ਇਹਦੀ ਵੀ ਸਾਰੀ ਜਾਣਕਾਰੀ ਆਪਾਂ ਪਹਿਲੀਆਂ ਵੀਡੀਓ ਦੇ ਵਿੱਚ ਦਿੱਤੀ ਆ। ਬਾਕੀ ਜਿੰਨੇ ਜਿਹੜੇ ਸਾਡੇ ਨੇੜੇ ਨੇੜੇ ਆ ਉਹ ਤੁਸੀਂ ਸਾਡੇ ਤੋਂ ਮੰਗਾ ਸਕਦੇ ਹੋ। ਆਪਾਂ ਲੋਹੇ ਵਾਲੇ ਬਰਤਨ ਜਿਹੜੇ ਸਰਵ ਲੋਹੇ ਦੇ ਬਰਤਨ ਉਹ ਵੀ ਭੇਜ ਦਿੰਦੇ ਆ, ਇਹ ਮਿੱਟੀ ਦੀ ਤੌੜੀ ਵੀ ਭੇਜ ਦਿੰਦੇ ਆ। ਕਿਸੇ ਵੀ ਕਿਸਮ ਦਾ ਚਾਹ ਜੇ ਸਾਡੇ ਕੋਲ ਮੰਗਾਉਣਾ ਹੋਵੇ, ਗੁੜ ਸ਼ੱਕਰ ਮੰਗਾਉਣਾ ਹੋਵੇ, ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ। ਬਾਕੀ ਆਪਾਂ ਜਿਹੜਾ ਮਲਟੀਗ੍ਰੇਨ ਆਟਾ ਵੀ ਤਿਆਰ ਕਰਦੇ ਹਾਂ, ਜਿਹੜੇ 10 ਅਨਾਜਾਂ ਦਾ ਤਿਆਰ ਕਰਦੇ ਹਾਂ ਆਟਾ, ਉਹਦੇ ਵਿੱਚ ਕਣਕ ਤੇ ਮੱਕੀ ਨਹੀਂ ਹੁੰਦੀ, ਕਿਹੜੇ ਕਿਹੜੇ ਅਨਾਜ ਹੁੰਦੇ ਆ ਉਹਦੀ ਵੀਡੀਓ ਵੀ ਸਾਰੇ ਆਪਣੇ ਚੈਨਲ ਤੇ ਤਿਆਰ ਕਰਕੇ ਪਾਈ ਆਪਾਂ। ਜੇ ਤੁਸੀਂ ਉਹ ਅਨਾਜ ਤੇ ਆਟਾ ਮੰਗਾਉਣਾ ਹੋਵੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ, ਤੇ ਆਪਾਂ ਉਹ ਤੁਹਾਨੂੰ ਘਰੇ ਬੈਠਿਆਂ ਡਿਲੀਵਰ ਕਰਾ ਸਕਦੇ ਹਾਂ। ਬਾਕੀ ਕਈ ਭੈਣ ਭਰਾ ਬਹੁਤ ਪਿਆਰ ਵਾਲੇ ਨੇ, ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਇਸ ਬਾਰੇ ਵੀ ਜਿਵੇਂ ਆਪਾਂ ਬੇਸਣ ਤਿਆਰ ਕੀਤਾ ਸੀਗਾ, ਹੁਣ ਬਾਜ਼ਾਰ ਦਾ ਬੇਸਣ ਖਾਣਾ ਵੀ ਬੰਦ ਕੀਤਾ। ਕਈ ਭੈਣ ਭਰਾਵਾਂ ਨੇ ਆਪਣੇ ਕੋਲ ਬੇਸਣ ਵੀ ਮੰਗਾਉਂਦੇ ਨੇ, ਆਪਣੇ ਕੋਲ ਹਲਦੀ ਵੀ ਮੰਗਾਉਂਦੇ ਨੇ, ਯਾਨੀ ਕਿ ਜਿਹੜੀ ਜਿਹੜੀ
ਜਾਣਕਾਰ ਲੋਕ ਨੇ ਇਸ ਚੀਜ਼ ਦੇ, ਉਹ ਆਪਣੇ ਕੋਲ ਸਾਰਾ ਸਮਾਨ ਮੰਗਵਾਉਂਦੇ ਨੇ। ਤੁਸੀਂ ਵੀ ਕਿਸੇ ਕਿਸਮ ਦਾ ਤੁਹਾਨੂੰ ਸਮਾਨ ਚਾਹੀਦਾ ਹੋਵੇ ਸਾਨੂੰ ਫੋਨ ਕਾਲ ਕਰ ਸਕਦੇ ਹੋ। ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਨਿੱਕੀ ਜਿਹੀ ਜਾਣਕਾਰੀ ਦਿੱਤੀ ਹੈ ਨਿੱਕੀ ਹੈ ਪਰ ਬਹੁਤ ਹੀ ਕੀਮਤੀ ਜਾਣਕਾਰੀ ਹੈ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੇ, ਤਾਂ ਕਿ ਹੋਰ ਲੋੜਵੰਦਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਸੋ ਜੀ ਸਾਡੇ ਚੈਨਲ 'ਤੇ ਅੱਜ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ, ਅਤੇ ਬੈਲ ਬਟਨ ਵੀ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ, ਮਿਲਦੇ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ, ਤਦ ਤੱਕ ਲਈ ਬਾਏ।